ਚਿੰਟੂ ਬਠਲਾ ਦੇ ਮਾਤਾ ਜੀ ਸ਼੍ਰੀਮਤੀ ਰੇਸ਼ਮਾ ਦੇਵੀ ਜੀ ਦੀ ਪਹਿਲੀ ਬਰਸੀ ਅਤੇ ਅਮਿਤ ਖੰਡੇਲਵਾਲ ਦੀ ਯਾਦ ਨੂੰ ਸਮਰਪਿਤ ਬਲੱਡ ਡੋਨੇਸ਼ਨ ਕੈਂਪ 7 ਜੁਲਾਈ 2019 ਨੂੰ ਮਲੋਟ ਬਲੱਡ ਗਰੁੱਪ ਵੱਲੋਂ ਸਿਵਲ ਹਸਪਤਾਲ ਮਲੋਟ ਵਿੱਚ ਲਗਾਇਆ ਗਿਆ, ਜਿਸ ਵਿੱਚ ਬਲੱਡ ਬੈਂਕ ਦੀ ਜ਼ਰੂਰਤ ਅਨੁਸਾਰ ਬਲੱਡ ਬੈਂਕ ਫੁੱਲ ਕਰ ਦਿੱਤਾ ਗਿਆ। ਇਸ ਕੈਂਪ 'ਤੇ ਜਾਣਕਾਰੀ ਦਿੰਦਿਆਂ ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਚਿੰਟੂ ਬਠਲਾ ਨੇ ਦੱਸਿਆ ਕਿ ਇਸ ਕੈਂਪ ਤੋਂ ਇਲਾਵਾ ਸ਼੍ਰੀਮਤੀ ਰੇਸ਼ਮਾ ਦੇਵੀ ਜੀ ਦੀ ਬਰਸੀ ਉਹਨਾਂ 'ਤੇ ਉਹਨਾਂ ਦੀ ਟੀਮ ਵੱਲੋਂ ਮੁਕਤਸਰ ਜ਼ਿਲ੍ਹੇ ਵਿੱਚ ਕੋਈ ਵੀ ਮਾਨਸਿਕ ਰੋਗੀ ਜਿਸ ਨੂੰ ਸੰਗਲਾਂ ਨਾਲ ਬੰਨਿਆ ਹੋਵੇ ਜਾਂ ਉਸ ਨੂੰ ਘਰ ਵਿੱਚ ਹੀ ਕੈਦ ਕਰਕੇ ਰੱਖਿਆ ਹੋਵੇ ਉਹਨਾਂ ਦਾ ਇਲਾਜ ਵੀ ਸੰਸਥਾ ਵੱਲੋਂ ਫ੍ਰੀ ਕੀਤਾ ਜਾਵੇਗਾ, ਜਿਸ ਲਈ ਡਾਕਟਰਾਂ ਦੀ ਟੀਮ ਸਿੰਗਾਪੁਰ ਤੋਂ ਆ ਕੇ ਮਰੀਜ਼ ਦੇ ਘਰ ਜਾ ਕੇ ਉਹਨਾਂ ਦਾ ਇਲਾਜ ਕਰੇਗੀ, ਜਿਸ ਦਾ ਸਰਵੇ ਅੱਜ ਪੂਰਾ ਕਰ ਲਿਆ ਗਿਆ ਹੈ ਅਤੇ 15 ਤਰੀਕ ਤੋਂ ਉਹਨਾਂ ਦਾ ਇਲਾਜ ਵੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਵੱਲੋਂ ਫਰੂਟ ਦੀ ਸੇਵਾ ਕੰਗਰੋਜ਼ ਇਮੀਗ੍ਰੇਸ਼ਨ ਸਰਵਿਸ ਵੱਲੋਂ ਕੀਤੀ ਗਈ। ਇਸ ਮੌਕੇ ਚਿੰਟੂ ਬਠਲਾ ਨੇ ਦੱਸਿਆ ਕਿ ਪੰਜਾਬ ਪੁਲਿਸ ਤੇ ਟ੍ਰੈਫਿਕ ਪੁਲਿਸ ਦਾ ਖੂਨਦਾਨ ਕਰਨ ਤੇ ਸਾਰੇ ਡੋਨੇਸ਼ਨਾਂ ਦਾ ਧੰਨਵਾਦ ਕੀਤਾ। ਅੱਜ ਚੌਥਾ ਬਲੱਡ ਡੋਨੇਸ਼ਨ ਕੈਂਪ ਬਲੱਡ ਬਲੱਡ ਗਰੁੱਪ ਦੇ ਵੱਲੋਂ ਸਿਵਲ ਹਸਪੀਟਲ ਰੋਡ ਵਿਖੇ ਲਗਾਇਆ ਗਿਆ। ਇਹ ਬਲੱਡ ਗਰੁੱਪ ਬਲੱਡ ਡੋਨੇਸ਼ਨ ਕੈਂਪ ਸਪੈਸ਼ਲ ਤੌਰ 'ਤੇ ਸ਼੍ਰੀਮਤੀ ਰੇਸ਼ਮਾ ਦੇਵੀ ਜੀ, ਉਹ ਵੀ ਚਿੰਟੂ ਬਠਲਾ ਜੀ ਦੀ ਸਸੁਰਾਲ ਤੋਂ ਮਾਤਾ ਜੀ ਨੇ ਔਰ ਸਾਡੇ ਸਟਾਰ ਡੋਨਰ ਜੋ ਕਿ ਪਰਮਾਤਮਾ ਨੂੰ ਪਿਆਰੇ ਹੋ ਚੁੱਕੇ ਨੇ, ਸਾਡੇ ਅਮਿਤ ਖੰਡੇਲਵਾਲ ਜੀ, ਉਹਨਾਂ ਦੀ ਯਾਦ ਨੂੰ ਸਮਰਪਿਤ ਮਲੋਟ ਸ਼ਹਿਰ ਦੇ ਵਿੱਚ ਇਹ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਅੱਜ ਇਸ ਕੈਂਪ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਜੋ ਮੁਲਾਜ਼ਮ ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਉਹਨਾਂ ਨੇ ਇੱਥੇ ਆ ਕੇ ਬਲੱਡ ਡੋਨੇਟ ਕੀਤਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਡੋਨਰ ਇੱਥੇ ਬਲੱਡ ਡੋਨੇਟ ਕਰਨ ਆਏ ਨੇ, ਉਹਨਾਂ ਦਾ ਬਲੱਡ ਬਲੱਡ ਗਰੁੱਪ ਦੇ ਵੱਲੋਂ ਅਸੀਂ ਤਿਆਗ ਦਾ ਸ਼ੁਕਰਗੁਜ਼ਾਰ ਕਰਦੇ ਹਾਂ। ਔਰ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਐਮਰਜੈਂਸੀ ਦੇ ਸਮੇਂ ਤੁਸੀਂ ਸਾਨੂੰ ਕਦੋਂ ਵੀ ਕਾਲ ਕਰ ਸਕਦੇ ਹੋ, ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਐਮਰਜੈਂਸੀ ਦੇ ਮੌਕੇ ਵੀ ਬਲੱਡ ਮੁਹੱਈਆ ਕਰਾਵਾਂਗੇ। ਮਲੋਟ ਤੋਂ ਪਵਨ ਸਿੰਘ ਦੀ ਰਿਪੋਰਟ।